ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ, ਕਮਲ ਵੀਰ ਕੋ ਆਪਾਂ ਪਹੁੰਚ ਚੁੱਕੇ ਹਾਂ। ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕੋ ਆਏ ਆ, ਕਮਲ ਡੇਰੀ ਫਾਰਮ ਤੇ ਆਪਾਂ ਆਏ ਆ। ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ, ਤਿੰਨ ਵਿੱਚ ਜਿਹੜੀਆਂ ਗਾਵਾਂ ਦਿਖਾਉਣੀਆਂ, ਤੇ ਗਾਵਾਂ ਜਿਹੜੀਆਂ ਤਿੰਨੇ ਤੁਹਾਨੂੰ ਦਿਖਾਉਣੀਆਂ ਵਾ, ਚੰਗੀ ਕੁਆਲਿਟੀ ਦੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚੋਂ ਇੱਕ ਜਰਸੀ ਤੁਹਾਨੂੰ ਪੰਜਾਬ ਵਾਲੀ ਦਿਖਾਵਾਂਗੇ, ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਆ, ਦੇਖ ਸਕਦੇ ਜੀ। ਤੇ ਇੱਕ ਐਂਡ ਤੇ ਤੁਹਾਨੂੰ ਹੌਲੇ ਭਾਅ 'ਚ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ। ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ, ਠੀਕ ਠਾਕ ਜੀ? ਹਾਂਜੀ, ਸਾਡੀ ਚੱਪਾ ਬੱਬੇ ਜੀ ਜੀ ਕਿੱਥੇ ਰਹੇ ਜੀ ਇੰਨਾ ਚਿਰ? ਇੱਦਾਂ ਵੀਰ ਜੀ, ਲਿਆਈਆਂ ਸੀ ਗਾਵਾਂ। ਅੱਛਾ, ਤੁਹਾਨੂੰ ਪਤਾ ਸਟੇਟਸ ਹੁੰਦੇ ਹੀ ਹੋਣੇ ਤੁਹਾਨੂੰ। ਹਾਂਜੀ ਹਾਂਜੀ, ਰਹੇ ਜੀ ਆ ਕਾਫੀ ਵਾਰੀ ਤੇ ਆਪਾਂ ਸ਼ੋਰਟ ਵੀ ਪਾਏ ਤੁਹਾਡੇ ਨਾਲ ਮਾਲ। ਬਾਕੀ ਜਦੋਂ ਤੁਸੀਂ ਇੱਧਰ ਆਉਣਾ ਹੁੰਦਾ ਸੀ ਉਦੋਂ ਮੇਰੇ ਕੋਲ ਨਹੀਂ ਹੁੰਦੇ, ਹਾਂਜੀ ਹਾਂਜੀ, ਵਿਕੇ ਹੁੰਦੇ ਜਾਂ ਨਹੀਂ ਹੁੰਦੇ, ਵਿੱਚੋਂ ਕਾਫੀ ਵਾਰੀ ਆਪਣਾ ਟਾਈਮ ਨਹੀਂ ਰਲਿਆ, ਗੱਲ ਤੇ ਹੁੰਦੀ ਰਹਿੰਦੀ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਤੇ ਇਦਾਂ ਹੀ ਟਾਈਮ ਲੰਘਦਾ ਗਿਆ। ਅੱਜ ਵੀ ਤੁਸੀਂ ਕਹਿੰਦੇ ਕਿ ਮਾਹਾਂ ਡੱਕ ਕੇ ਰੱਖੀਆਂ? ਹਾਂਜੀ ਹਾਂਜੀ, ਅੱਜ ਹੀ ਤੁਹਾਨੂੰ ਮੈਂ ਸਵੇਰੇ ਕਹਿਣ ਡਿਆ, ਬੰਦਾ ਮੰਗਣ ਡਿਆ ਤੇ ਮੈਂ ਚੱਲ ਸ਼ਾਮਾਂ ਨੂੰ ਦੱਸੂ ਤੁਹਾਨੂੰ। ਠੀਕ ਹੈ, ਤੁਹਾਡੇ ਕਰਕੇ ਮੈਂ 2-3 ਵਾਰ ਜਾਣੇ, ਫਿਰ ਉਸ ਤੋਂ ਬਾਅਦ ਦੱਸੂਗਾ। ਠੀਕ ਠੀਕ ਹੈ, ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਕਮਲ ਜੀ, ਹਾਂਜੀ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ। ਤੇ ਫੋਨ ਨੰਬਰ ਬੋਲਦੇ ਕਰੀ? 9815967484 ਨੰਬਰ। ਠੀਕ ਹੈ ਜੀ, ਹਾਂਜੀ, ਸ਼ੁਰੂਆਤ ਫਿਰ ਆ ਪਹਿਲੇ ਨੰਬਰ ਤੇ ਜਿਹੜੀ ਆ, ਕਾਫੀ ਚੰਗੇ ਕੱਦ ਕਾਠ ਵਾਲੀ ਗਾਂ ਜਿਹੜੀ ਵੱਜੀ ਆ, ਭਾਰੇ ਪੱਲੇ ਦੀਆਂ ਗਾਵਾਂ ਵਾ ਜਿਹੜੀਆਂ ਅੱਜ ਜਿਹੜੀਆਂ ਤੁਹਾਨੂੰ ਦਿਖਾਉਂਦੇ ਆ। ਥਾਣਾ ਦਾ ਸਾਈਜ਼ ਗੈਪ ਦੇਖ ਸਕਦੇ, ਕਾਫੀ ਚੰਗਾ ਆ, ਜਿੱਦਾਂ ਮਰਜ਼ੀ ਧਾਰਾ ਮਾਰ ਲਓ, ਭਾਵੇਂ ਇਤਨਾ ਹੀ ਪਾਸ ਕਰ ਲਓ। ਹਾਂਜੀ, ਕੋਈ ਹਿੱਲ ਜੁੱਲ ਨਹੀਂ, ਅਰਮਾਨ ਨਾਲ ਖਲੋਤੀ ਹੈ ਜੀ, ਚਵਾਈ ਇੱਕ ਨੰਬਰ। ਠੀਕ ਹੈ ਜੀ, ਤੇ ਇਹ ਦੁੱਧ ਕਿੰਨਾ ਚਵਾ ਦੋਗੇ ਵੀਰ ਜੀ? ਦੁੱਧ ਵੀ ਜੀ 20 ਲੀਟਰ ਚਾਹੀਦਾ ਦੁੱਧ ਇਹਨਾਂ ਕੋਲ, ਜਿੱਡੀ ਗਾਵਾਂ। ਹਾਂਜੀ ਹਾਂਜੀ, ਬਾਕੀ ਬਾਕੀ ਇਹ ਜੋ ਤਿਆਰ ਹੋ ਗਈ ਨਾ, ਦੇਣ ਹਜੇ ਇਹਦੇ 1 ਤਰੀਕ ਨੂੰ ਪੂਰੇ ਹੋਣੇ ਆ। ਅੱਛਾ ਹਾਂਜੀ ਹਾਂਜੀ, ਅੱਜ 18 ਤਰੀਕ ਆ। ਅੱਛਾ, ਅਜੇ ਟਾਈਮ ਖੜਦੀ ਆ ਥੋੜਾ, ਹਨਾ, ਸੁਣ ਚ 12 ਦਿਨ ਹੈਗੇ ਹਜੇ, ਠੀਕ ਹੈ, 2-4 ਦਿਨ ਲੱਗ ਜੀ, ਖੋਲੋ ਹਾਂ ਫਿਰ ਤੋਰੀ ਹੈ ਜੀ। ਬਾਕੀ ਕੋਈ ਚੰਗੀ ਸਾਂਭ ਵਾਲਾ ਲੈ ਜੂਗਾ ਤੇ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ, ਕੱਦ ਕਾਠ ਦੀ ਵੀ ਜਿਹੜੀ ਚੰਗੀ ਆ ਤੇ ਰੰਗ ਰੂਪ ਦੀ ਵੀ ਜਿਹੜੀ ਸੋਹਣੀ ਆ। ਠੀਕ ਜੀ, ਲੈ ਜਾ ਵੀਰ ਜੀ, ਬਹੁਤ ਵੱਡੀ ਗਾਂ ਆ ਗਈ। ਬਾਕੀ ਸੋਨ ਤੱਕ ਹਵਾਨਾ ਜਿਹੜਾ ਚੰਗਾ ਭਰੂਗਾ ਜੇ, ਹਵਾਨੇ 'ਚ ਢਿੱਲਾਂ ਜਿਹੜੀਆਂ ਕਾਫੀ ਆ, ਹਾਂ ਦੇ ਸਕਦੇ, ਹਵਾਨਾ ਕਾਫੀ ਲੰਬਾਈ 'ਚ ਆ। ਤੇ ਫਿਰ ਵੀਰ ਜੀ ਕੀ ਮੁੱਲ ਰੱਖਣਾ ਜਿਹਦਾ? ਮੁੱਲ ਵੀ ਜੀ ਇਹੋ ਜਿਹੀਆਂ ਗਾਵਾਂ ਦੇ 60-60 ਦੀਆਂ ਵੇਚੀਆਂ। ਹਾਂਜੀ, ਹੁਣ ਥੋੜ੍ਹਾ ਜਿਹਾ ਚਲੋ ਝੁਣ ਝਣਾ ਲੁੱਕੀ ਲਾਉਣ ਡਿਆ ਪਏ ਆ। ਹਾਂਜੀ ਹਾਂਜੀ, ਮੁੱਲ ਜਾਇਜ਼ ਹੀ ਕਰ ਦੇਣਾ, ਨਾਲੇ ਵੀਡੀਓ ਬੜੇ ਚਿਰਾਂ ਬਾਅਦ ਪਾਈ ਦੀ ਆ, ਉਹ ਤਾਂ ਵੇਚਣ ਵਾਲੇ ਬੰਦੇ ਤੁਹਾਨੂੰ ਪਤਾ ਸਾਡੇ ਸਾਰੇ ਕਰਦੇ। ਹਾਂਜੀ ਹਾਂਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਮਾਨਤਾ ਉਹਨਾਂ ਦਈਦਾ, ਅਗਲੇ ਡੰਗਰ ਅਗਲਾ ਵੇਚ ਕੇ ਫੇਰ ਆ ਜਾਂਦਾ। ਹਾਂਜੀ ਹਾਂਜੀ, ਮੁੱਲ ਇਹਦਾ ਭਾਵੇਂ ਕਰੀਏ 52 ਭਾਵੇਂ 55, ਅੱਛਾ 50,000 ਤੇ 2 ਛੱਡ ਦਾਂਗੇ। ਅੱਛਾ, 48,000 ਦੇ ਦੋਗੇ? 48,000 ਤੇ 1,000 ਛੱਡ ਦਾਂਗੇ। ਅੱਛਾ, ਉਹ 54,000 ਛੱਡ ਦੋਗੇ, 47 ਦੀ ਦੇ ਦੋਗੇ? 45,000 ਛੱਡ ਦਾਂਗੇ। ਅੱਛਾ, 1,000 ਛੱਡੀ ਜਾਣੇ ਅੱਜ? ਫਿਰ ਚਲੋ ਦੀ ਪੂਰੇ ਦਿਖਾ ਹੋ ਜਾ, ਬ੍ਰੇਕ ਮਾਰ ਦੇ ਹੁਣ, ਬਾਕੀ ਮੌਕੇ ਤੇ ਵੀ ਕੁਝ ਛੱਡ ਦੇ ਹੁਣ। ਉਹ ਥੋੜਾ ਬਹੁਤਾ ਹੋ ਜਾਊਗਾ, ਹੋਰ 46,000 ਚੋਂ ਵੀ ਜਿਹੜਾ ਮੌਕੇ ਤੇ ਮਨ ਤਨ ਹੋ ਜਾਊਗਾ। ਹਾਂਜੀ ਹਾਂਜੀ, ਬਾਕੀ ਵੱਡੇ ਕੱਦ ਕਾਠ ਵਾਲੀ ਆ, ਕੋਈ ਛੋਟੀ ਗਾਣੀ ਆ। ਤੇ ਹੁਣ ਜਿਹੜੀ ਆਪਾਂ ਦੂਸਰੇ ਨੰਬਰ ਤੇ ਇੱਕ ਬੈਠ ਤੁਹਾਨੂੰ ਦਿਖਾਉਣੀ ਆ, ਇਹ ਵੀ ਕਮਾਲੀ ਆ ਜਿਹੜੀ ਬੈਠ, ਕਾਫੀ ਖੂਬਸੂਰਤ ਆ। ਤੇ ਬਾਕੀ ਥਾਣੇ ਦੇ ਲਾਗੇ ਤਾਂ ਦੇਖ ਸਕਦੇ, ਹੁਣ ਤਾਂ ਥਣ ਜਿਹੜਾ ਇਹਦਾ ਹੱਥ 'ਚ ਆਉਣ ਦਿਆ ਵਾ, ਤੇ ਹਵਾਨਾ ਚੰਗਾ ਭਰਨਾ ਵੀ ਨਹੀਂ, ਸੁਬਹ ਪਹਿਲਾਂ ਹੀ ਹੈ ਵਿਧੀ ਇਹਦਾ। ਹਾਂਜੀ, 4 ਦੰਦ ਹੈ ਵਿਧੀ। ਅੱਛਾ, ਮੂੰਹ ਜਿਹੜੀ 4 ਦੰਦ ਹੈ, ਠੰਡੀ ਠੰਡੀ ਬਹੁਤ ਦੇ। ਠੀਕ ਹੈ ਹਾਂਜੀ। ਤੇ ਇਹ ਕਿੰਨਾ ਕੁ ਦੁੱਧ ਪਹਿਲੇ ਸੁਬਹ ਚਵਾ ਸਕਦੀ ਜੀ? ਵਿਧੀ ਇਹ ਵੀ 15 ਪਲੱਸ ਹੀ ਜਾਊਗੀ, ਪਹਿਲੇ ਸੁਬਹ 4 ਦੰਦ ਹੈ ਵਸ਼ੀ, ਇਹਦੀ ਕੁਆਲਿਟੀ ਬਹੁਤ ਆ। ਠੀਕ ਹੈ ਹਾਂਜੀ ਹਾਂਜੀ, ਦੇਖੋ ਬੋਦੀ ਵਾਲੀ ਯਾਰ, ਕਾਫੀ ਖੂਬਸੂਰਤ ਦੰਦ ਵੀ ਦਿਖਾ ਦਿਓ ਇਹਦੇ। ਹਾਂਜੀ ਦੰਦ ਵੀ ਦਿਖਾ, ਨਾਲੇ ਤੋਰ ਵੀ ਦਿਓ ਫਿਰ। ਆ ਦੇ ਸਾਡੇ ਪਿਓਰ 4 ਦੰਦ ਆ ਜਿਹੜੀ, 4 ਦੰਦ ਆ ਜੇ ਉਹਨਾਂ ਵਿਖਾਉਂ ਤੇ ਥੋੜਾ ਕਰਦੀ ਆ, ਆ ਥੋੜਾ ਜਿਹਾ ਸਾਈਡ ਤੇ ਕਰਿਆ। ਆ ਦੇ ਸਾਡੇ ਜੀ, ਠੀਕ ਹੈ ਜੀ, ਇੱਧਰ ਵੀ ਲੈ ਲਓ, ਆ ਦਿਖਾਉਂਦੀ ਆ। ਆ ਦੇ ਸਾਡੇ ਬਾਕੀ ਸਾਈਡ ਵਾਲੇ ਦੰਦ ਲਿਖ ਲੋਤੇ ਆ। ਹਾਂਜੀ, ਤੋਰ ਦਿਓ ਵੀ ਜੀ ਨਾ ਇੱਕ।
ਨਿਕਲੇ ਬਾਅਦ ਛੇ ਠੀਕ ਹੈ ਜਣਾ ਜਵਾਨ ਨਿਕਲੇ ਓਹੋ ਜਿਹੀ ਗੱਲ ਨੀ ਬਾਕੀ ਰੰਗ ਰੂਪ ਦੀ ਹੈ ਵੀ ਕਾਫੀ ਖੂਬਸੂਰਤ ਆ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਵਾ ਚੰਗੇ ਸੋਹਣੇ ਕੱਦ ਦੀ ਹੈ ਅਤੇ ਹਵਾਨਾ ਜਿਹੜਾ ਚੰਗਾ ਤਿਆਰ ਕਰਨ ਦੀ ਆ ਸੂਣ ਤੱਕ ਇਹ ਵੀ ਜਿਹੜਾ ਸੋਹਣਾ ਹਵਾਨਾ ਭਰੂਗੀ ਅਜੇ ਟਾਈਮ ਜਿਹੜਾ ਸੂਣ 'ਚ ਖੜਦੀ ਕਿੰਨਾ ਕੁ ਟਾਈਮ ਇਹਦੀ ਲਾ ਜਾਊਗੀ ਸੂਣ 'ਚ ਅਜੇ 10 ਦਿਨ ਵਿੱਚ ਨਹੀਂ ਕਹਿੰਦੇ ਕਿੰਨੇ ਵੀ ਖੜਨੇ ਆ ਦੋ ਚਾਰ ਦਿਨ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਤੁਹਾਨੂੰ ਪਤਾ ਬਾਕੀ ਗਰਮੀ 'ਚ ਵੀ ਕਈ ਵਾਰੀ ਮੌਸਮ ਦਾ ਵੀ ਵੈਸੇ ਵੀ ਫਰਕ ਪੈਂਦਾ ਕਈ ਵਾਰੀ ਪਸ਼ੂ ਪਹਿਲਾਂ ਵੀ ਸੂ ਸਕਦਾ ਜਾਂ ਕਈ ਵਾਰੀ ਪਸ਼ੂ ਦਿਲ ਲਾ ਜਾਂ 2 ਦਿਨ ਵੱਧ ਵੀ ਖੜ ਸਕਦਾ ਹੈ ਅਤੇ ਇਹਦਾ ਕੀ ਮੁੱਲ ਜੇ ਮੁੱਲ ਵੀਰ ਜੀ ਕਰਨ ਦੇ ਭਾਵੇਂ ਜਿੱਦਾਂ ਮੱਛੀ ਚੌਗੀ ਹੈ ਹਾਂਜੀ ਹਾਂਜੀ ਅੱਛਾ 50 ਦੇ ਦੋਗੇ ਖੋਲੋ ਹਾਂ ਫਿਰ ਤੋਰੀ ਇੱਕ ਰਹਿੰਦਾ ਇਹ ਕਿੰਨਾ ਟਾਈਮ ਲੱਗ ਜੂ ਸੋਣ ਚ 15-20 ਦਿਨ ਤਿੰਨੇ ਜਿਹੜੀਆਂ ਕਮਾਲ ਦੀਆਂ ਵਾ ਚੰਗੀ ਕੁਆਲਿਟੀ ਦੀਆਂ ਵਾ ਜਿਹੜੀਆਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣਾ ਵੇਚ ਆਖ ਕੇ ਖੜੇ ਚਿਹਰਾ ਇਹਦਾ ਕਰੀ ਦਿਖਾਈਏ ਤੁਹਾਨੂੰ ਆ ਦੇ ਸਾਦੇ ਠੀਕ ਹੈ ਵੀਰ ਜੀ ਲੈ ਜਾਓ ਜੀ ਠੀਕ ਹੈ ਵੀਰ ਜੀ ਬਾਕੀ ਹਵਾਨਾ ਇਹਨੇ ਵੀ ਸੋਣ ਤੱਕ ਜਿਹੜਾ ਚੰਗਾ ਤਿਆਰ ਕਰਨਾ ਵਾ ਠੀਕ ਹੈ ਬਾਕੀ ਸਾਰੀਆਂ ਦਾ ਜਿਹੜਾ 46-46 ਆ ਕੋਈ ਵੀਰ ਜਿਹੜੀ ਮਰਜ਼ੀ ਇੱਥੇ ਆ ਕੇ ਪਸੰਦ ਕਰਕੇ ਲੈ ਜੇ ਤੇ ਇੱਕ ਝੋਟੀ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਪਹਿਲਾਂ ਝੋਟੀ ਜਿਹੜੀ ਸੋਹਣੀ ਆ ਹਵਾਨਾ ਜਿਹੜਾ ਇਹ ਵੀ ਚੰਗਾ ਤਿਆਰ ਕਰਨ ਦੀ ਆ ਦੇਖ ਸਕਦੇ ਪਿੱਛੇ ਹਵਾਨਾ ਤੇ ਥਣ ਇਹਦਾ ਵੀ ਜਿਹੜਾ ਹੁਣ ਤੋਂ ਹੀ ਹੱਥ 'ਚ ਆਉਣ ਦਿਆ ਵਾ ਇਹਦੇ ਵੀ ਜੀ 28 ਤਰੀਕ ਨੂੰ ਦਿਨ ਪੂਰੇ ਜੇ ਅੱਛਾ 28 ਤਰੀਕ ਨੂੰ ਦਿਨ ਪੂਰੇ ਆ ਅਜੇ ਇਹ ਵੀ ਜਿਹੜਾ ਦਿਨ 10-12 ਦਿਨ ਖੜਦੀ 15 ਬਾਕੀ ਗਰਮੀ ਗੁਰਮੀ ਦਾ ਕੋਈ ਹੋਣਾ ਹਾਂਜੀ ਹਾਂਜੀ ਖੋਲੋ ਹਾਂ ਫਿਰ ਤੋਰੀਏ ਇਹਨਾਂ ਨੂੰ ਸੂਆ ਜਿਹੜਾ ਇਹਨੇ ਪਹਿਲਾਂ ਹੀ ਸੋਹਣਾ ਵਾ ਅਤੇ ਹਵਾਨਾ ਜਿਹੜਾ ਹੁਣ ਤੋਂ ਹੀ ਸੋਹਣਾ ਤਿਆਰ ਕਰਨ ਦੀ ਆ ਅਜੇ ਦਿਨ ਇਹਦੇ 15 ਹੈਗੇ ਆ ਅੱਜ ਹੀ ਆਈ ਆ ਥੋੜਾ ਕਿ ਡਰਦੀ ਵੀ ਆ
बाकी सोन तक हवाना अपनी वजूद के हिसाब से तैयार करोगी पछाण हवाना जो सोहना दिखाओगी। ਇਹ ਕਿੰਨਾ ਕੁ ਵਿੱਚ ਦੁੱਧ ਚਵਾਈ ਜਾਊਗੀ? ਦੁੱਧ ਵੀ ਜੀ ਵੇਖੋ ਪਹਿਲਾਂ ਨੇ ਆਏ ਤਾਂ ਸੇਵਾ ਤਾਂ ਹੀ ਆ ਹੁਣ। ਹਾਂਜੀ ਹਾਂਜੀ। ਉਹਨਾਂ ਨੇ 8-9 ਕਿਲੋ ਚਵਾਈ ਜਾਊਗੀ। ਠੀਕ ਹੈ। ਤੇ ਇਹਦਾ ਕੀ ਮੁੱਲ ਜੇ? ਮੁੱਲ ਵੀ ਜੀ ਕਦੋਂ ਭਾਅ ਜਿੱਦਾਂ ਮਾਈ ਦਾ ਬਾਜ਼ਾਰ ਹੈ ਹੁੰਦੇ ਆ ਰਕਮੀਆਂ ਨਹੀਂ 60-55 ਵਾਲੀ। ਹਾਂਜੀ ਹਾਂਜੀ। ਆਪਾਂ ਪੂਰੇ 50 ਦੀ ਘਾਟੀ ਦੇਣੀ ਆ ਉਹ ਚੋਂ ਬਾ ਛੋਟ ਹੀ ਹੋਣੀ। ਕਿੰਨੀ ਛੋਟ ਕਰ ਦੋਗੇ? 500 ਕਰ ਦਾਂਗੇ। ਅੱਛਾ 500 ਛੋਟ ਕਰ ਦੇ। 50 ਅੰਦਰ ਤੁਹਾਨੂੰ ਬਾ ਟੋਕਰਾ ਵੀ ਗੱਡੀ। ਅੱਛਾ 50 ਤੋਂ ਅੰਦਰ ਹੀ ਆ ਗਏ। ਮੇਰੀ ਗੱਲ ਸੁਣੋ ਆ ਸਾਲ ਦੁੱਧ ਦੇਊਗੀ 6 ਮਹੀਨੇ। ਹਾਂਜੀ ਹਾਂਜੀ। ਤੇ ਫੇਰ ਇਹ ਅੱਧੇ ਪੈਸਿਆਂ ਦੀ ਫੇਰ ਇਹਦਾ ਕੀ ਘਾਟਾ ਵਾ? ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ। ਸਰਜਰੀ ਸਰਜਰੀ ਹਰੀ। ਠੀਕ ਹੈ ਵਿਦਿਆ ਹੋਰ ਕੁਝ ਕਹਿਣਾ ਜੀ? ਬਸ ਜੀ ਜੀ ਮਿਹਰਬਾਨੀ ਬਾਕੀ ਤਸੱਲੀ ਆਣ ਕੇ ਕਰੋ। ਹਾਂਜੀ 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 ਆਪਣੀ ਠੀਕ ਹੈ ਵਿਦਿਆ ਜੀ ਆਣ ਕੇ ਲਓ ਜੀ। ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਹਾਂ ਟੋਟਲ 4 ਵਕਾਓ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।